ਕਿੰਨੇ ਲੋਕ ਥੋੜੇ ਰਿਜ਼ਲਟ ਤੁਸੀਂ ਕਹਿ ਰਹੇ ਹੋ ਕਿ 24 ਘੰਟੇ ਦੇ ਵਿੱਚ ਆ ਜਾਣਾ ਹੈ ਬਿਲਕੁਲ ਜੀ ਮੇਰੇ ਕੋਲ 10 10 ਸਾਲ ਪੁਰਾਣੇ ਪੇਸ਼ੈਂਟ ਆਏ ਹੈ ਜਦ ਮੈਨੂੰ 15 ਸਾਲ ਹੋਏ ਆ ਪੰਜ ਦੇ ਨੂੰ ਮੈਨੂੰ ਤਾਂਗੇ ਨੂੰ 15 20 ਸਾਲ ਹੋ ਗਏ ਜੀ ਮੈਂ ਆਪ ਖੁਦ ਹੈਰਾਨ ਰਹੇ ਜਨਾ ਜੀ ਲੋਕੀ ਆਂਦੇ ਕਹਿੰਦੇ ਸਾਨੂੰ 10 ਸਾਲ 15 ਸਾਲ ਤੋਂ ਪੁਰਾਣਾ ਜੀ ਔਰ ਬਿਲਕੁਲ ਠੀਕ ਗਾਰੰਟੀ ਦਿੰਦੇ ਹੋ ਫੇ ਪੂਰੀ 100% ਗਾਰੰਟੀ ਹੈ 100% ਤਾਂ ਕੋਈ ਨਹੀਂ ਦੇ ਸਕਦਾ ਜੀ ਫੇ ਤਾਂ ਮੈਂ ਰੱਬ ਹੋ ਜਾਊਂਗਾ ਜੇ ਮੈਂ 100% ਦੀ ਗਾਰੰਟੀ ਦਊਂਗਾ ਵੈਸੇ ਕਾਫੀ ਹੱਦ ਤੱਕ ਬਹੁਤ ਅੱਛਾ ਰਿਜ਼ਲਟ ਜਾਨਹਿੱਤ ਚ ਕੋਈ ਵੀ ਚੀਜ਼ ਅੱਜ ਜਾਰੀ ਕਰਦੇ ਨਾ ਉਤੇ ਪਹਿਲਾਂ 100% ਧਿਆਨ ਦਿੰਦੇ ਆ ਕਿ ਉਹ ਸਹੀ ਹੈ ਕਿ ਕਿਸ ਹਿਸਾਬ ਸੇ ਲੋਕਾਂ ਦੇ ਖਾਣ ਦੇ ਲਾਇਕ ਵੀ ਹੈ ਕਿ ਨਹੀਂ ਵੀ ਹੈ ਉਸ ਚੀਜ਼ ਨੂੰ ਦੇਖਦੇ ਹੋਏ ਪਹਿਲਾਂ ਉਸ ਚੀਜ਼ ਨੂੰ ਮੈਂ ਦੇਖਿਆ ਫਿਰ ਮੈਂ ਹੌਲੀ ਹੌਲੀ ਦੇਣਾ ਸ਼ੁਰੂ ਕੀਤਾ ਫਿਰ ਮੇਰਾ ਵੀ ਫਿਰ 100% ਹੋ ਗਿਆ ਅੱਜ ਮੈਂ ਤੁਹਾਨੂੰ ਚੈਨਲ ਨਾਲ ਕਹਿਣਾ ਸਾਈਡ ਇਫੈਕਟਸ ਹੁੰਦੇ ਆਗਾ ਦੇਸੀ ਇਲਾਜ ਨਾਲ ਕੁਛ ਹੁੰਦਾ ਹੈ ਦੇਸੀ ਦਵਾਈਆਂ ਦੇ ਸਾਈਡ ਇਫੈਕਟ ਨਹੀਂ ਹਰਸ਼ ਜੀ ਹੁੰਦੇ ਕਿਉਂਕਿ ਦੇਸੀ ਤੁਸੀਂ ਬਚਪਨ ਤੋਂ ਖਾਦੇ ਹਲਦੀ ਮਿਰਚ ਮਸਾਲਾ ਨਮਕ ਜਿਹੜਾ ਇੱਕ ਪਾਇਜ਼ਨ ਹੁੰਦਾ ਜਦਕਿ ਲੋਕੀਓ ਵੀ ਖਾਂਦੇ ਆ ਕਿਉਂਕਿ ਉਹ ਟੇਸਟ ਆਪਣਾ ਬਣ ਚੁੱਕਿਆ ਹੈ ਇਹ ਨੇਚਰ ਦੀ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਇਨਸਾਨ ਦੀਆਂ ਨਹੀਂ ਨਾਟ ਮੈਨ ਮੈਨ ਦੁਦਾਰਨ ਟਾਈਮ ਸੇਖ ਰਹੇ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਇਸ ਵੇਲੇ ਅਸੀਂ ਸਰਾਫਾ ਬਾਜ਼ਾਰ ਚ ਮੌਜੂਦ ਆ ਜਿੱਥੇ ਨਾ ਸਾਡੇ ਮੌਜੂਦ ਨੇ ਵੈਦ ਜੋ ਕਿ ਬਹੁਤ ਸਾਰੇ ਲੋਕ ਨੇ ਪੀੜਿਤ ਤੇ ਬਹੁਤ ਸਾਰੀਆਂ ਬਿਮਾਰੀਆਂ ਨੇ ਤੇ ਦੇਸੀ ਇਲਾਜ ਕਿੱਥੋਂ ਮਿਲ ਸਕਦਾ ਹੈ ਤਾਂ ਕਿੰਨਾ ਫਾਇਦੇਮੰਦ ਦਾ ਉਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਕਿੰਨੇ ਲੋਕ ਤੁਹਾਡੇ ਕੋਲ ਜ਼ਿਆਦਾਤਰ ਕਿਹੜੀ ਬਿਮਾਰੀ ਦਾ ਇਲਾਜ ਭਾਲਣ ਆਉਂਦੇ ਨੇ ਇਥੇ ਸਾਡੇ ਕੋਲ ਇਸ ਟਾਈਮ ਜੀ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹਮਮ ਔਰ ਤਕਰੀਬਨ ਇਸ ਟਾਈਮ ਹਰ ਤਰ੍ਹਾਂ ਦੀ ਬਿਮਾਰੀ ਦਾ ਸੀ ਟ੍ਰੀਟਮੈਂਟ ਕਰਦੇ ਆਂ ਜੀ ਜੀ ਸਾਡੇ ਕੋਲ ਜਿਸੀ ਜੜੀ ਬੂਟੀਆਂ ਵੀ ਹੁੰਦੀਆਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਈ ਜੜੀ ਬੂਟੀਆਂ ਹਮ ਠੀਕ ਹੈ ਜੀ ਤੇ ਬਾਕੀ ਮੇਨ ਸਾਡੇ ਕੋਲ ਸਭ ਤੋਂ ਜ਼ਿਆਦਾ ਫਰੀ ਸੇਵਾ ਇੱਕ ਹੈ ਜੀ ਸਰਵਾਈਕਲ ਦਾ ਜਿਹਦਾ ਸਭ ਤੋਂ ਜ਼ਿਆਦਾ ਡੇਲੀ ਕਸਟਮਰ ਆਉਂਦਾ ਔਰ ਸਭ ਤੋਂ ਜ਼ਿਆਦਾ ਫੋਨ ਵੀ ਅਟੈਂਡ ਕਰਨਾ ਪੈਂਦਾ। ਅੱਛਾ ਸਰਵਾਈਕਲ ਦੀ ਪ੍ਰੋਬਲਮ ਦਾ ਹਾਂ ਜੀ ਸਰਵਾਈਕਲ ਤੇ ਉਹਦਾ ਇਲਾਜ ਕੀ ਹੈ ਤੁਹਾਡੇ ਕੋਲ ਸਰਵਾਈਕਲ ਦੀ ਪ੍ਰੋਬਲਮ ਦਾ? ਸਰਵਾਈਕਲ ਦਾ ਜੀ ਅਸੀਂ ਇੱਕ ਥ੍ਰੈਡ ਪਾਈਦਾ ਬੰਦੇ ਦੇ ਗਲੇ 'ਚ। ਉਸ ਦੇ ਨਾਲ 1 ਘੰਟੇ ਤੋਂ ਲੈ ਕੇ 24 ਘੰਟੇ ਦੇ ਵਿੱਚ ਵਿੱਚ ਉਸ ਨੂੰ ਫਰਕ ਪੈ ਜਾਂਦਾ। ਅੱਛਾ ਰਿਜ਼ਲਟ ਇੰਨੇ ਜਲਦੀ ਆ ਜਾਂਦਾ ਹੈ ਸਰਵਾਈਕਲ? ਹਾਂ ਜੀ ਸਰਵਾਈਕਲ ਤਾਂ ਇੰਨੀ ਜਲਦੀ ਕਿਉਂਕਿ ਮੈਡੀਸਿਨ ਇੰਨਾ ਕੋਈ। ਹੂੰ ਉਹ ਇੱਕ ਤੁਹਾਡੇ ਆਪਣੇ ਹੀ ਇੱਕ ਪਾਠ ਕਰਕੇ ਪਾਈ ਗਈ ਸੀ ਚੀਜ਼ ਹੈ। ਕੋਈ ਵੀ ਧਰਮ ਦਾ ਹੋਵੇ ਜਿਹੜਾ ਮਰਜ਼ੀ ਉਹ ਆਪਣਾ ਪਾਠ ਕਰਕੇ ਪਾ ਲਵੇ ਬਸ ਕੁਛ ਨਹੀਂ 1 ਘੰਟੇ ਚ ਹਾਈਐਸਟ ਤੋਂ 24 ਘੰਟੇ ਬਸ ਇਹਦੇ ਚ ਕਲੀਅਰ ਹੋ ਜੂਗੇ ਚਾਹੇ ਪੁਰਾਣੀ ਤੋਂ ਪੁਰਾਣੇ ਸਰਵਾਈਕਲ ਤੋਂ ਕਾਫੀ ਲੋਕ ਗੱਲ ਕੀਤੀ ਜਾਵੇ ਲੱਖਾਂ ਰੁਪਏ ਲਾ ਦਿੰਦੇ ਆ ਕਈ ਜਗ੍ਹਾ ਤੋਂ ਦਵਾਈਆਂ ਲੈ ਲੈ ਕੇ ਫਿਰ ਰਿਜ਼ਲਟ ਤੁਸੀਂ ਕਹਿ ਰਹੇ ਹੋ ਕਿ 24 ਘੰਟੇ ਦੇ ਵਿੱਚ ਆ ਜਾਣਾ ਹੈ ਬਿਲਕੁਲ ਜੀ ਮੇਰੇ ਕੋਲ 10-10 ਸਾਲ ਪੁਰਾਣੇ ਪੇਸ਼ੈਂਟ ਆਏ ਆ ਜਦ ਮੈਨੂੰ 15 ਸਾਲ ਹੋਏ ਆ ਪਾਂਦੇ ਨੂੰ ਇਹਨੂੰ ਤਾਂਗੇ ਨੂੰ 15-20 ਸਾਲ ਹੋ ਗਏ ਜੀ ਮੈਂ ਆਪ ਖੁਦ ਹੈਰਾਨ ਰਹੇ ਜਨਾ ਜੀ ਲੋਕੀ ਆਂਦੇ ਕਹਿੰਦੇ ਸਾਨੂੰ 10 ਸਾਲ 15 ਸਾਲ ਤੋਂ ਪੁਰਾਣਾ ਜੀ ਔਰ ਬਿਲਕੁਲ ਠੀਕ ਹੂੰ ਕਈਆਂ ਨੂੰ 1 ਘੰਟੇ ਚ ਔਰ ਕਈਆਂ ਨੂੰ 24 ਘੰਟੇ ਤੇ ਇੱਕ ਨੀਂਦ ਲੈਣ ਤੋਂ ਬਾਅਦ ਵੀ ਪੂ ਠੀਕ ਹੋ ਜਾਂਦਾ ਅੱਛਾ ਤੇ ਗਰੰਟੀ ਦਿੰਦੇ ਹੋ ਫੇ ਪੂਰੀ 100% ਗਰੰਟੀ ਹੈ 100% ਤਾਂ ਕੋਈ ਨਹੀਂ ਦੇ ਸਕਦਾ ਜੀ ਫੇ ਤਾਂ ਮੈਂ ਰੱਬ ਹੋ ਜਾਊਂਗਾ ਜੇ ਮੈਂ 100% ਦੀ ਗਰੰਟੀ ਦਊਂਗਾ ਵੈਸੇ ਕਾਫੀ ਹੱਦ ਤੱਕ ਬਹੁਤ ਅੱਛਾ ਰਿਜ਼ਲਟ ਆ ਤੇ ਰਿਜ਼ਲਟ ਤੇ ਤੁਸੀਂ ਜ਼ਰੂਰ ਮੈਂ ਚਾਹੂੰਗੀ ਧਾਗਾ ਜ਼ਰੂਰ ਦਿਖਾ ਦਿਓ ਇੱਕ ਵਾਰ ਦਰਸ਼ਕਾਂ ਨੂੰ ਕਿ ਕਿੱਥੇ ਹੈ ਔਰ ਇਹ ਕਿਹਦੇ ਨਾਲ ਬਣਿਆ ਇੰਨੀ ਕੀ ਤਾਕਤ ਆ ਇਹ ਜਿਹੜਾ ਜੀ ਇੱਕ ਥ੍ਰੈਡ ਆ ਇਹਦੇ ਵਿੱਚ ਕਬੁੱਟੀ ਆ ਇਹ ਸਾਡੇ ਮਹਾਰਾਜ ਸਾਹਿਬ ਨੇ ਸ਼ੁਰੂ ਕਰਾਇਆ ਸੀਗਾ ਜੀ ਮੈਨੂੰ ਤੇ ਉੱਥੇ ਜਾਂਦੀ ਆ ਹੂੰ ਅੱਛਾ ਉਹ ਭੇਜ ਦਿੰਦੇ ਜਿੰਨੀ ਮਰਜ਼ੀ ਤੁਸੀਂ ਕਹੇ ਦੀ ਉੱਥੋਂ ਆ ਜਾਂਦੀ ਆ ਅਸੀਂ ਸੇਵਾ ਕਰੀ ਜਾਂਦੇ ਆ ਉਹਨਾਂ ਨੇ ਉਹਨਾਂ ਨੇ ਸੇਵਾ ਤੇ ਲਾਇਆ ਹੋਇਆ ਉਹਨਾਂ ਦੀ ਵਿਧੀ ਨਾਲ ਅਸੀਂ ਲੋਕਾਂ ਨੂੰ ਦੱਸੀਦਾ ਵੀ ਕਿਵੇਂ ਤੁਸੀਂ ਪਾਣਾ ਕਿਵੇਂ ਫ੍ਰੀ ਆ ਤੇ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ ਨੂੰ ਇਸ ਜਗ ਇਸ ਚੀਜ਼ ਤੇ ਸਰਵਾਈਕਲ ਤੇ ਮੈਨੂੰ ਕਰਦੇ ਹੋਏ ਨੂੰ ਘੱਟੋ ਘੱਟ 15 ਤੋਂ 20 ਸਾਲ ਹੋ ਗਏ ਆ ਜੀ ਹੂੰ ਦੇ ਰਿਜਲਟ ਬਰਪੂਰਾ ਹੈ ਰਿਜਲਟ ਹਾਂ ਸਰਵਾਈਕਲ ਟਰੀਟਮੈਂਟ ਅਸੀਂ ਪਹਿਲਾਂ ਮੈਡੀਸਨ ਨਾਲ ਪਹਿਲਾਂ ਵੀ ਕਰਦੇ ਸੀਗੇ ਉਹਦੇ ਛਲੇ ਰਿਜਲਟ ਸਲੋ ਹੈ ਹੂੰ ਇਹਦਾ ਤਾਂ ਰਿਜਲਟ ਮੈਡੀਸਨ ਤੋਂ ਵੀ ਕਈ ਗੁਣਾ ਫਾਸਟ ਹੈ ਬਹੁਤ ਮੈਂ ਕਹਿੰਦਾ ਹੀ ਐਲੋਪੈਥਿਕ ਮੈਡੀਸਨ ਨਾਲੋਂ ਵੀ ਫਾਸਟ ਹੈ ਜੀ ਕਾਫੀ ਲੋਕ ਜਿਵੇਂ ਦੇਖ ਵੀ ਰਹੇ ਹੋਣਗੇ ਵਿਸ਼ਵਾਸ ਨਹੀਂ ਹੁੰਦਾ ਇਹਨਾਂ ਮਤਲਬ ਅਗਰ ਇੱਕ ਵਾਰ ਟ੍ਰਾਈ ਕਰਨ ਤੇ ਫੇਰ ਵਿਸ਼ਵਾਸ ਹੁੰਦਾ ਲੋਕੀ ਤੁਹਾਡੇ ਕੋਲ ਆਉਂਦੇ ਹੋਣਗੇ ਲੈਂਦੇ ਹੋਣਗੇ ਤਾਂ ਵਿਸ਼ਵਾਸ ਹੁੰਦਾ ਪਹਿਲਾਂ ਸਟਾਰਟਿੰਗ 'ਚ ਉਹਨਾਂ ਨੂੰ ਜੇ ਤੁਹਾਨੂੰ ਇੱਕ ਸੈਕਿੰਡ ਦਾ ਮੈਂ ਤੁਹਾਨੂੰ ਇਹਦਾ ਸੁਣਨਾ ਮੈਂ ਆਪਣੇ ਫਰੈਂਡ ਨੂੰ ਦਿੱਤਾ ਸੀਗਾ ਇਹ ਮੈਨੂੰ ਜਿਵੇਂ ਗੁਰੂ ਜੀ ਤੋਂ ਆਏ ਮੇਰੇ ਕੋ ਪਏ ਤੇ ਮੈਂ ਵੀ ਮੈਂ ਥੋੜਾ ਜਿਹਾ ਮੈਡੀਕਲ ਲਾਈਨ ਨੂੰ ਵਧੀਆ ਸਮਝਦਾ ਮੈਂ ਚੀਜ਼ਾਂ ਦੇ ਫੇਥ ਕੱਟ ਕਰਦਾ ਮੈਂ ਪਰ ਜਦ ਉਸ ਨੂੰ ਮੈਡੀਸਨ ਦਿੱਤੀ ਮੈਡੀਸਨ ਦਾ ਥੋੜਾ ਫਰਕ ਨਹੀਂ ਪਰ ਲੱਗਿਆ ਉਹਨੂੰ ਤੇ ਉਹਦਾ ਖਾਣ ਪੀਣ ਦਾ ਭਰੇਜ ਹੁਣ ਠੀਕ ਹੈ ਸੈਂਟਰ ਸਰਕਲ ਜੈਨਾ ਕਹਿੰਦੀ ਜਾਂਦਾ ਤੇ ਉਹ ਖਾਣ ਪੀਣ ਦਾ ਥੋੜਾ ਭਰੇਜ ਵੀ ਨਹੀਂ ਕਰ ਪੰਦਾ ਸੀਗਾ ਮੈਨੂੰ ਵੈਸੇ ਮਜ਼ਾਕ ਚ ਨਾ ਮੈਂ ਕਿਹਾ ਯਾਰ ਤੂੰ ਯਾਰ ਇਹ ਧਾਗਾ ਪਾ ਕੇ ਦੇਖ ਗੁਰੂ ਜੀ ਵੱਲ ਆਇਆ ਹੋਇਆ ਜੀ ਤੇ ਉਸ ਨੂੰ ਮੈਂ ਧਾਗਾ ਦਿੱਤਾ ਔਰ ਅਗਲੇ ਦਿਨ ਜਦ ਮੈਂ ਸਿਰ ਦੱਸ ਹੂੰ ਉਸ ਤੋਂ ਬਾਅਦ ਮਤਲਬ ਲੋਕੀ ਉਸ ਤੋਂ ਬਾਅਦ ਹੀ ਮੇਰਾ ਮੇਰਾ ਪਹਿਲਾ ਖੁੱਦ ਦਾ ਫੇਥ ਬਣਿਆ ਜੀ ਤਦ ਹੀ ਮੈਂ ਮੇਰਾ ਜਦ ਤੱਕ 100% ਫੇਥ ਨਾ ਬਣੇ ਤਦ ਤੱਕ ਮੈਂ ਚੱਲਦਾ ਨਹੀਂ ਸੀ ਹਾਂਜੀ ਹਾਂਜੀ ਕਿਉਂਕਿ ਅਸੀਂ ਜਾਨਹਿੱਤ ਚ ਕੋਈ ਵੀ ਚੀਜ਼ ਜਦ ਜਾਰੀ ਕਰਦੇ ਨਾ ਉਤੇ ਪਹਿਲਾਂ 100% ਧਿਆਨ ਦਿੰਦੇ ਆ ਕਿ ਉਹ ਸਹੀ ਹੈ ਕਿ ਕਿਸ ਹਿਸਾਬ ਸੇ ਲੋਕਾਂ ਦੇ ਖਾਣ ਦੇ ਲਾਇਕ ਵੀ ਹੈ ਕਿ ਨਹੀਂ ਵੀ ਹੈ ਉਸ ਚੀਜ਼ ਨੂੰ ਦੇਖਦੇ ਹੋਏ ਪਹਿਲਾਂ ਉਸ ਚੀਜ਼ ਨੂੰ ਮੈਂ ਦੇਖਿਆ ਫਿਰ ਮੈਂ ਹੌਲੀ ਹੌਲੀ ਦੇਣਾ ਸ਼ੁਰੂ ਕੀਤਾ ਫਿਰ ਮੇਰਾ ਵੀ ਫੇਸ 100% ਹੋ ਗਿਆ ਅੱਜ ਮੈਂ ਤੁਹਾਨੂੰ ਚੈਨਲ ਨਾਲ ਕਹਿਣਾ ਹੂੰ ਠੀਕ ਹੈ ਜੀ ਬਹੁਤ ਵਧੀਆ ਕੰਮ ਕਰਦਾ ਤੇ ਹੋਰ ਕਿਹੜੇ ਕਿਹੜੇ ਇਲਾਜ ਨੇ ਤੁਸੀਂ ਕਰ ਸਕਦੇ ਹੋ ਇਥੇ ਦੇਸੀ ਦੇਸੀ ਨਾਲ ਸਾਡੇ ਕੋਲ ਜੀ ਹਕੀਮਾ ਵੈਦਾਂ ਦੇ ਨੁਕਸੇ ਆਂਦੇ ਆ ਹੂੰ ਸਾਡੇ ਨਾਲ ਪੰਸਾਰੀ ਦਾ ਕੰਮ ਵੀ ਆ ਹੂੰ ਸਾਡੇ ਕੋਲ ਆਪਣੇ ਸਾਡਾ 6ਵੀਂ ਪੀੜੀ ਮੈਂ ਬੈਠ ਰਹੇ ਹਾਂ ਜੀ 250 ਸਾਲ ਤੋਂ ਪੁਰਾਣਾ ਕੰਮ ਹੈ ਜੀ 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 ਤੇ ਉਸ ਹਿਸਾਬ ਸੇ ਸਾਡੇ ਕੋ ਆਪਣੇ ਪੁਸਤਾਨੀ ਨੁਕਸੇ ਵੀ ਬਹੁਤ ਬਹੁਤ ਸਾਡੇ ਬਜ਼ੁਰਗਾਂ ਦੇ ਜਿਹੜੇ ਹੈਗੇ ਸਾਡਾ ਹਕੀਮਾਂ ਦਾ ਖਾਨਦਾਨ ਹੀ ਵਜਦਾ ਜੀ ਤੇ ਇਹ ਗੱਲ ਕਿਤੇ ਜਬ ਜੇ ਚਸ਼ਮਾ ਮੇਰੇ ਵੀ ਲੱਗਿਆ ਹੈ ਪਰ ਜਿਹੜੇ ਲੋਕਾਂ ਦੇ ਚਸ਼ਮਾ ਲੱਗਿਆ ਹੁੰਦਾ ਉਸ ਤੋਂ ਬਾਅਦ ਲੇਜ਼ਰ ਵਾਲਾ ਕਰਵਾਉਂਦੇ ਹੁੰਦੇ ਆ ਤਾਂ ਤੁਹਾਡੇ ਕੋਲ ਕੋਈ ਇਲਾਜ ਹੈਗਾ ਕਰੇ ਬੈਠੇ ਲੋਕ ਆਪਣੀ ਅੱਖਾਂ ਠੀਕਾ ਸਕਣ ਬਿਲਕੁਲ ਜੀ ਇਹਦਾ 100% ਇਲਾਜ ਹੈਗਾ ਅੱਖਾਂ ਦਾ ਜਿਵੇਂ ਸਲੈਂਟਿਕ ਨੰਬਰ ਨੂੰ ਜਿਹੜਾ ਵੱਡਾ ਨੰਬਰ ਹੁੰਦਾ ਉਹਨੂੰ ਟਾਈਮ ਲੱਗਦਾ ਛੋਟੇ ਨੰਬਰ ਤਕਰੀਬਨ 3 ਤੋਂ 6 ਮਹੀਨੇ ਜਾਂ ਸਾਲ ਦੇ ਵਿੱਚ ਠੀਕ ਹੋ ਜਾਂਦੇ ਆ ਸਿੰਪਲ ਜਿਹਾ ਆਈਟਮ ਹੈ ਇਹਦੀ ਤੁਹਾਨੂੰ ਆਈਟਮਾ ਵੀ ਅਗਲੀ ਵਾਰੀ ਮੈਂ ਤੁਹਾਨੂੰ ਦੱਸ ਦਊਗਾ ਅਗਲੀ ਵੀਡੀਓ ਦੇ ਵਿੱਚ ਔਰ ਆਈਟਮਾ ਤੁਹਾਨੂੰ ਨਾਲ ਜਾਗਰੂਕ ਵੀ ਕਰਾ ਦਊਗਾ ਨਾਲ ਦਿਖਾ ਵੀ ਦਊਗਾ ਪਰ ਫਿਰ ਵੀ ਥੋੜਾ ਜਿਹਾ ਜ਼ਰੂਰ ਦੱਸ ਦੋ ਕਿ ਘਰੇ ਬੈਠੇ ਕੋਈ ਹੋ ਸਕਦਾ ਇਲਾਜ ਇਹਦਾ ਤੁਸੀਂ ਘਟੇ ਬੈਠੇ ਹਲੇ ਜਦ ਤੱਕ ਠੰਡੇ ਪਾਣੀ ਦੇ ਵਿੱਚ ਪਹਿਲਾਂ ਮੂੰਹ ਚ ਕੁਰਲੀ ਭਰ ਲਓ ਠੰਡੇ ਪਾਣੀ ਦੀ ਬੋਤਲ ਤੋਂ ਠੀਕ ਹੈ ਜੀ ਉਹੀ ਪਾਣੀ ਦੇ ਨਾਲ ਅੱਖਾਂ ਤੇ ਛਿੱਟੇ ਮਾਰ ਲਓ ਜਦ ਮੂੰਹ ਦਾ ਪਾਣੀ ਗਰਮ ਹੋ ਜਾਏ ਥੁੱਕ ਦਿਓ ਫਿਰ ਦੁਬਾਰਾ ਭਰ ਲਓ ਇਹ ਇਹ ਇਸ ਕਿਰਿਆ ਨੂੰ 5 ਵਾਰੀ ਕਰੋ ਦਿਨ ਚ 3-4 ਵਾਰੀ ਕਰੋ ਇਹਦੇ ਨਾਲ ਹੀ ਅੱਖਾਂ ਦੀ ਰੋਸ਼ਨ ਬਹੁਤ ਫਰਕ ਪੈਂਦਾ ਇਹ ਤੇ ਨਾਲ ਸਰ ਹੋ ਜਾਂਦਾ ਹੈ ਹਾਂਜੀ ਤੇ ਕਾਫੀ ਸੈੱਲ ਘਟ ਜਾਂਦੇ ਆ ਨਾ ਉਹਦਾ ਕੋਈ ਇਲਾਜ ਹੈਗਾ ਸੈੱਲ ਦੇਖੋ ਜੀ ਬਾਡੀ ਦੇ ਘਟ ਜਾਂਦੇ ਤੇ ਵੈਸੇ ਸਾਡੇ ਲਈ ਇੱਕ ਮੈਂ ਤੁਹਾਨੂੰ ਇੱਕ ਸਿੰਪਲ ਜੀ ਆਈਟਮ ਦੱਸਦਾ ਆ ਆਲੂ ਬਖਾਰਾ ਸੁੱਕਾ ਪੀ ਹੋ ਕੇ ਪੀਣ ਨਾਲ ਸੈਲ ਬਹੁਤ ਵਧੀਆ ਵੱਧਦੇ ਆ ਤੇ ਸਾਈਡ ਇਫੈਕਟਸ ਹੁੰਦੇ ਆਗਾ ਦੇਸੀ ਇਲਾਜ ਨਾਲ ਕੁਝ ਹੁੰਦਾ ਦੇਸੀ ਦਵਾਈਆਂ ਦੇ ਸਾਈਡ ਇਫੈਕਟ ਨਹੀਂ ਹਰਸ਼ ਜੀ ਹੁੰਦੇ ਕਿਉਂਕਿ ਦੇਸੀ ਤੁਸੀਂ ਬਚਪਨ ਤੋਂ ਖਾਦੇ ਹੋ ਹਲਦੀ ਮਿਰਚ ਮਸਾਲਾ ਨਮਕ ਜਿਹੜਾ ਇੱਕ ਪੌਇਜ਼ਨ ਹੁੰਦਾ ਜਦ ਕਿ ਲੋਕੀਓ ਵੀ ਖਾਂਦੇ ਆ ਕਿ ਉਹ ਟੇਸਟ ਆਪਣਾ ਬਣ ਚੁੱਕਿਆ ਹੈ ਇਹ ਨੇਚਰ ਦੀ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਇਨਸਾਨ ਦੀਆਂ ਨਹੀਂ ਮੈਨਟ ਨਾਟ ਮੈਨ ਮੀਨ ਜੀ 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 ਇਹ ਨੇਚਰ ਦੀ ਪੈਦਾ ਕੀਤੀਆਂ 100% ਇਨਸਾਨ ਲਈ ਹੀ ਪੈਦਾ ਕੀਤੀਆਂ ਨੇ ਬਨਸਪਤੀ ਜਿੰਨੀ ਵੀ ਆਂਦੀ ਹੈ ਉਹ ਇੱਕ ਉਪਕਾਰ ਹੈ ਗॉड ਦਾ ਵੀ ਰੱਬ ਦਾ ਤੁਸੀਂ ਇਹ ਸਮਝ ਲਓ ਕਿ ਲੋਕ ਜਨ ਹਿੱਤ ਵੀ ਤੰਦਰੁਸਤ ਰਹਵੇ ਜੀ 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 ਤੇ ਇਹ ਵੈਸੇ ਇਹਦਾ ਮੈਂ ਅਜ ਤੱਕ ਆਪਣੀ ਲਾਈਫ ਚ ਤਾਂ ਕੋਈ ਸਾਈਡ ਇਫੈਕਟ ਦੇਖਿਆ ਨਹੀਂ ਵੀ ਮੈਡੀਸਿਨ ਦਾ ਕੋਈ ਸਾਈਡ ਇਫੈਕਟ ਹੈ ਤੁਸੀਂ ਸਹੀ ਢੰਗ ਨਾਲ ਦਿੰਦੇ ਹੋ ਤੁਹਾਨੂੰ ਪਤਾ ਹੋਵੇ ਪੇਸ਼ੈਂਟ ਕਿਸ ਹਿਸਾਬ ਨਾਲ ਕਿੰਨੀ ਕੀ ਦਵਾਈ ਉਹ ਖਾ ਸਕਦਾ ਉਹ ਉਵੇਂ ਹੀ ਆ ਜੀ ਉਹ ਮੈਡੀਸਿਨ ਦੇ ਦਿਓ ਠੀਕ ਹੋ ਜਾ ਜਿਵੇਂ ਪੇਟ ਨਾਲ ਕਾਫੀ ਬਿਮਾਰੀਆਂ ਵੱਧਦੀਆਂ ਤਾਂ ਉਹਦਾ ਕੋਈ ਇਲਾਜ ਤਾਂ ਪੇਟ ਨਾਲ ਤਾਂ ਕਈ ਰੈਟਰ ਬਿਮਾਰੀਆਂ ਚੱਲਦੀਆਂ ਜੇ ਮੰਨ ਲਓ ਲੀਵਰ ਦੀ ਹੈ ਕੋਈ ਜੰਡਰਸ ਦਾ ਕੇਸ ਹੈ ਸਾਡੇ ਜੰਡਰਸ ਜoi ਵੀ ਫ੍ਰੀ ਦਿੰਦੇ ਆ ਜੀ ਅਚੋ ਵੀ ਫ੍ਰੀ ਹੈ ਉਹ ਵੀ ਫ੍ਰੀ ਦਿੰਦੇ ਆ ਉਹ ਸਾਡੇ 150 ਸਾਲਾਂ ਤੋਂ ਦਿੰਦੇ ਆ ਰਹੇ ਆ ਕਿਹੜੀ ਕਿਹੜੀਆਂ ਥੋੜਾ ਜ ਸਾਡੇ ਸੁੱਕੀ ਬਵਾਸਿਰ ਦੀ ਫ੍ਰੀ ਦਿੰਦੇ ਆ ਜਾਂਡਸ ਦੇ ਦਿੰਦੇ ਆ ਤੇ ਅ ਮੌਕੇ ਦੇ ਦਵਾਈ ਫ੍ਰੀ ਲੰਗਾਉਂਦੇ ਆ ਸੁੱਕੀ ਬਵਾਸਿਰ ਮੈਂ ਕਿਹਾ ਮੈਂ ਕਹਿ ਚੁੱਕੇ ਆ ਤੇ ਉਤੋਂ ਇਲਾਵਾ ਮੱਛੇ ਤੇ ਦਵਾਈ ਫ੍ਰੀ ਲੰਨੇ ਆ ਕਾਲੀ ਖਾਂਸੀ ਦੀ ਫ੍ਰੀ ਦਿੰਦੇ ਆ ਅੱਖਾਂ ਚ ਪਾਣ ਵਾਲੀ ਦਵਾਈ ਫ੍ਰੀ ਦਿੰਦੇ ਆ ਹਮ ਮਤਲਬ ਇਹ ਸਾਰੀਆਂ ਤੁਸੀਂ ਫ੍ਰੀ ਸੇਵਾ ਕਰਦੇ ਹੋ ਫ੍ਰੀ ਔਰ ਜਿਹੜੇ ਤੁਸੀਂ ਪੈਸੇ ਵੀ ਲੈਣ ਨੇ ਉਹਦੇ ਕਿੰਨੇ ਪ੍ਰਾਈਸ ਨੇ ਐਸੇ ਨਹੀਂ ਬਹੁਤ ਘੱਟ ਆਯੁਰਵੈਦਿਕ ਮੈਡੀਸਿਨ ਸਸਤੀਆਂ ਹੁੰਦੀਆਂ ਹਮ ਠੀਕ ਆ ਜੀ ਤੇ ਇੱਕ ਕਾਲੇ ਪੀਲੇ ਦਾ ਵੀ ਅਸੀਂ ਟਰੀਟਮੈਂਟ ਵੈਸੇ ਕਰਦੇ ਆਂ ਠੀਕ ਹੈ ਜੀ ਉਹ ਮੈਂ ਕਹਿਣਾ ਭੁੱਲ ਗਿਆ ਪਰ ਉਹਦਾ ਅਸੀਂ ਜੋ ਵੀ ਲਾਗਤ ਮਤਰ ਹੁੰਦੇ ਲੈਂਦੇ ਆਂ ਅੱਛਾ ਮਤਲਬ ਜਿਆਦਾ ਕਾਲੇ ਪੀਲੇ ਦਾ ਕਿਉਂਕਿ ਟਰੀਟਮੈਂਟ ਲੰਬਾ ਹੁੰਦਾ 6 ਮਹੀਨੇ ਦਾ ਉਹ ਡਿਫਰੈਂਟ ਚੀਜ਼ ਆ ਹੂੰ ਜਿਹੜਾ ਪੀਲੇ ਰੰਗ ਦਾ ਹੁੰਦਾ ਜਦ ਜੂਰਨ ਪੀਲਾ ਹੋ ਜਾਂਦਾ ਉਹ ਇੱਕ ਡਿਫਰੈਂਟ ਜੰਡਰ ਸਰ ਜਿਹਦਾ ਕਾਲਾ ਪੀਲੇ ਇੱਕ ਡਿਫਰੈਂਟ ਜੰਡਰ ਸਰ ਤੇ ਇਮਿਊਨਿਟੀ ਕਾਫੀ ਬੱਚਿਆਂ ਦੀ ਘੱਟ ਹੁੰਦੀ ਕਿਉਂਕਿ ਫਾਸਟ ਫੂਡ ਜਿਆਦਾ ਖਾਂਦੇ ਆ ਤੇ ਇਮਿਊਨਿਟੀ ਕਿਵੇਂ ਵਧਾ ਸਕਦੇ ਆ ਕਿਵੇਂ ਵਧੀਆ ਸਟਰੋਂਗ ਕਰ ਸਕਦੇ ਆ ਘਰੇ ਬੈਠੇ ਹੀ ਬੱਚੇ ਦੀ ਇਸਤੇ ਡਿਪੈਂਡ ਕਰਦਾ ਜੀ ਹੁਣ ਸਾਲ ਦਾ ਬੱਚਾ ਵੀ ਹੋ ਸਕਦਾ 3 ਸਾਲ ਦਾ ਵੀ ਤੇ ਮਾਲੀ ਤਾਂ 18 ਸਾਲ ਦਾ ਵੀ ਬੱਚਾ ਹੀ ਹੈ ਬੱਚਾ ਹੀ ਹੁੰਦਾ ਹੈ ਹਾਂਜੀ ਤੁਸੀਂ ਇਹਦੇ ਲਈ ਜੀ ਦੇਖੋ ਵੈਸੇ ਬੱਚਿਆਂ ਲਈ ਆਮਲੇ ਦਾ ਮਰਬਾ ਮੈਂ ਇੱਕ ਤੁਹਾਨੂੰ ਡਾਈਟ ਦੱਸਦਾ ਸਵੇਰ ਦੀ ਜੇ ਬੱਚੇ ਡਾਈਟ ਲੈ ਲੈਣ ਤਾਂ ਬਹੁਤ ਹੀ ਵਧੀਆ ਜੀ ਸਵੇਰੇ ਇੱਕ ਤੁਸੀਂ ਸੇਬ ਕਾਲੀ ਮਿਰਚ ਲਗਾ ਕੇ ਖਾਓ ਜੀ ਅੱਛਾ ਇੱਕ ਕਾਮਲੇ ਦਾ ਮਰਬਾ ਹੂੰ ਤੇ ਬਾਦਾਮ ਦੀ ਗਿਰੀ ਦੇ 10 ਕਦਾਨੇ ਹੂੰ ਤਕਰੀਬਨ ਖਾਣੇ ਚਾਹੀਦੇ ਹਰ ਬੰਦੇ ਨੇ ਮੈਂ ਕਹਾਂਗਾ ਇਹ ਖਾਣੇ ਚਾਹੀਦੇ ਇਹ ਵੈਸੇ ਬੱਚਿਆਂ ਲਈ ਬਹੁਤ ਵਧੀਆ ਕਿਉਂਕਿ ਇਹਨਾਂ ਗਰੋਥਿੰਗ ਵਗੈਰਾ ਬਹੁਤ ਵਧੀਆ ਹੁੰਦੀ ਹੈ ਮਤਲਬ ਇਮਿਊਨਿਟੀ ਸਟਰੋਂਗ ਇਹ ਚੀਜ਼ਾਂ ਨਾਲ ਕਰ ਸਕਦੇ ਹਾਂਜੀ 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 ਤੇ ਇੱਕ ਬਾਲ ਜਿੰਨੇ ਕਾਫੀ ਬੱਚੇ ਹੁੰਦੇ ਨੇ ਨਾ ਉਹਨਾਂ ਦੇ ਬਾਲ ਵੀ ਚਿੱਟੇ ਹੋਣ ਲੱਗ ਜਾਂਦਾ ਕੀ ਉਹ ਕਾਲੇ ਹੋ ਸਕਦੇ ਆ ਉਹਦਾ ਕੁਝ ਹੈ ਇਲਾਜ ਬਾਲ ਕਾਲੇ ਬੁਆਇਜ਼ ਦੇ ਜਲਦੀ ਹੋ ਜਾਂਦੇ ਲੇਡੀਜ਼ ਦੇ ਦਾ ਸਲੋ ਹੁੰਦੇ ਆ ਹੂੰ ਉਹ ਕਿਉਂ ਹੁੰਦਾ ਹੋ ਜਾਂਦਾ ਇੱਕ ਤਾਂ ਲੇਡੀਜ਼ ਦੇ ਨਾ ਪ੍ਰੋਬਲਮ ਕੀ ਹੈ ਬਾਲ ਲੰਬੇ ਹੁੰਦੇ ਆ ਹਾਂ ਲੜਕਾ ਵਾਲ ਕਟਾਂਦਾ ਰਹਿੰਦਾ ਬਾਰ-ਬਾਰ ਤੇ ਉਹ ਕਟਿੰਗ ਦੇ ਨਾਲ ਕੀ ਹੁੰਦਾ ਜੀ ਵਾਲ ਨਿਕਲਦੇ ਰਹਿੰਦੇ ਆ ਤੇ ਨੀਚੋਂ ਬਲੈਕ ਵਾਲ ਆ ਜਾਂਦੇ ਆ ਸਾਲ ਸਵਾ ਸਾਲ ਚ ਵੀ ਪ੍ਰੋਸੈਸ ਹੋ ਜਾਂਦਾ ਸੀ ਤੇ ਇਹਦਾ ਕੀ ਇਲਾਜ ਕੁਝ ਕਰੇ ਹੈਗਾ ਇਹਦਾ ਘਰੇ ਘਰੇ ਤੁਸੀਂ ਡਾਈਟ ਦੇ ਵਿੱਚ ਜਿੰਨਾ ਹੋ ਸਕਦਾ ਸਲਾਤ ਅਨਾਰ ਚਕੁੰਦਰ ਖੰਜੂਰ ਮੈਡੀਸਿਨ ਬਾਕੀ ਫਿਰ ਅਗੇ ਮੈਡੀਸਿਨ ਚ ਆ ਜਾਂਦਾ ਇਹ ਚੀਜ਼ਾਂ ਦਾ ਪ੍ਰਯੋਗ ਤੁਸੀਂ ਵਧੀਆ ਕਰ ਸਕਦੇ ਹੋ ਬਨਾਣਾ ਵੀ ਇਹ ਚ ਵਧੀਆ ਹੁੰਦਾ ਆਮਲੇ ਦਾ ਮਰਬਾ ਬਹੁਤ ਵਧੀਆ ਜੀ ਇਹਦੇ ਆਮਲੇ ਦਾ ਮਰਬਾ ਮਰਬਾ ਲੋਕਾਂ ਦੇ ਸਿਰ ਸੋਈ ਦੇ ਵਿੱਚ ਹੀ ਇਲਾਜ ਪਿਆ ਪਰ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦੀ ਜਾਗਰੂਕਤਾ ਨਹੀਂ ਹੈਗੀ ਹਨਾ ਜਾਗਰੂਰਤਾ ਦੀ ਅੱਜ ਤੋਂ 50 ਸਾਲ ਪਹਿਲਾਂ ਚਲੇਗੀ ਜਿਹੜਾ ਕਿਚਨ ਚ ਲੋਕਾਂ ਨੂੰ ਕਰਦੀ ਫੈਮਿਲੀ ਚ ਬਹੁਤ ਕੁਝ ਪਤਾ ਹੁੰਦਾ ਸੀ ਠੀਕ ਹੈ ਹੁਣ ਵੀ ਜਿੰਨੀ ਨੋਲਜ ਹੈ ਠੀਕ ਹੈ ਉਹਨਾਂ ਅੱਜਕੱਲ ਗੂਗਲ ਜੀ ਨੇ ਬਹੁਤ ਕੁਝ ਨੋਲਜ ਲੋਕਾਂ ਨੂੰ ਦਿੱਤੀ ਐਸੀ ਗੱਲ ਨਹੀਂ ਆ ਚਾਹੇ ਉਹ ਆ ਆਪਾਂ ਨੂੰ ਉਥੋਂ ਕਈ ਚੀਜ਼ਾਂ ਦੇ ਬਾਰੇ ਪਤਾ ਲੱਗ ਜਾਂਦਾ ਅੱਜ ਦੀ ਦੇਚ ਆਯੁਰਵੈਦਿਕ ਨੂੰ ਵੀ ਕੰਨੀ ਲੋਕਾਂ ਦਾ ਧਿਆਨ ਜਾਗਰੂਕਤਾ ਇਸ ਕਰਕੇ ਵਧੀਆ ਕਿਉਂਕਿ ਗੂਗਲ ਦੀ ਦੇਣ ਹੈ ਕਿਉਂਕਿ ਉਥੋਂ ਬੰਦੇ ਦੇਖਦੇ ਆ ਤੇ ਆਪਣੇ ਮੈਚੁਰਾ ਦਾ ਟ੍ਰੈਕਟ ਦੇ ਫਾਇਦੇ ਦੇਖ ਕੇ ਉਹਨਾਂ ਨੂੰ ਪਤਾ ਲੱਗਦਾ ਔਰ ਸਾਈਡ ਇਫੈਕਟ ਨਹੀਂ ਹੁੰਦਾ ਅਗਲਾ ਹਰ ਕੋਈ ਸੋਦਾ ਕਿ ਆਯੁਰਵੈਦਿਕ ਦਾ ਸਾਈਡ ਇਫੈਕਟ ਨਹੀਂ ਹੈ ਜੀ 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 ਤਾਂ ਹੋਰ ਤੁਸੀਂ ਲਾਸਟ ਕੁਝ ਕਹਿਣਾ ਚਾਹੋਗੇ ਕਿਉਂਕਿ ਬਹੁਤ ਸਾਰੀ ਹੋਰ ਵੀ ਬਿਮਾਰੀਆਂ ਜੋ ਤੁਸੀਂ ਰਾਮਨਾਲ ਦੱਸ ਸਕਦੇ ਹੋ ਘਰੇ ਬੈਠੇ ਕਿਵੇਂ ਠੀਕ ਕਰ ਸਕਦੇ ਹੋ ਪਰ ਜਿੰਨੇ ਕੀ ਹੁਣ ਦੱਸੀਏ ਉਹਦੇ ਬਾਰੇ ਤੁਸੀਂ ਕੀ ਕਹੋਗੇ ਲੋਕ ਅਸੀ ਕਮਾਈ ਤੁਸੀਂ ਪ੍ਰਯੋਗ ਕਰਕੇ ਦੇਖੋ ਇਹ ਚੀਜ਼ਾ ਬਹੁਤ ਵਧੀਆ ਲੀਵਰ ਫੈਕਟਿਵ ਵੀ ਹੁੰਦੇ ਕਈ ਕੇਸ ਆਂਦੇ ਜਿਵੇਂ ਪੇਟ ਦੀ ਤੁਸੀਂ ਗੱਲ ਕੀਤੀ ਸੀ ਉਹ ਲਈ ਆਲੂ ਬੁਖਾਰਾ ਪੀਓ ਕੇ ਦੇਖ ਲਓ ਐਵੇਂ ਜਿ ਘਰੇਲੂ ਟੋਟਕੇ ਬਹੁਤ ਕਿਚਨ ਰੈਮਡੀ ਚ ਤੁਹਾਡੇ ਕੋਲ ਹਰ ਚੀਜ਼ ਹੈਗੀ ਆ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋਟ ਨਹੀਂ ਹੂੰ ਹੂੰ ਜੀ ਤੁਹਾਡੇ ਕੋਲ ਕਿਚਨ ਰੈਮਡੀ ਚ ਹਰ ਚੀਜ਼ ਆ ਤੁਸੀਂ ਹਰ ਚੀਜ਼ ਦਾ ਇਲਾਜ ਕਰ ਸਕਦੇ ਹੋ ਖੁਦ ਸਿਰਫ ਜਨਰਲ ਨੌਲੇਜ ਹੋਣੀ ਚਾਹੀਦੀ ਹੈ ਜੀ 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 ਤਾਂ ਜਿਸ ਤਰ੍ਹਾਂ ਬਹੁਤ ਸਾਰੀਆਂ ਬਿਮਾਰੀਆਂ ਦੇ ਇਹਨਾਂ ਨੇ ਬੈਠੇ ਇਲਾਜ ਦੱਸਤਾ ਕਿਵੇਂ ਤੁਸੀਂ ਘਰੇ ਬੈਠੇ ਇਹ ਚੀਜ਼ਾਂ ਲੈ ਕੇ ਤੁਸੀਂ ਆਪਣਾ ਠੀਕ ਕਰ ਸਕਦੇ ਹੋ ਉੱਥੇ ਸਭ ਤੋਂ ਜ਼ਿਆਦਾ ਬਿਮਾਰੀ ਸਰਵਾਈਕਲ ਦੀ ਆ ਰਹੀ ਆ ਬਹੁਤ ਸਾਰੇ ਇਹਨਾਂ ਨੇ ਆਪਣਾ ਫੋਨ ਵੀ ਦਿਖਾਇਆ ਕਿਸ ਤਰ੍ਹਾਂ ਸਾਰੀ ਕਾਲ ਸਿਰਫ ਸਰਵਾਈਕਲ ਦੀ ਪ੍ਰੋਬਲਮ ਨੂੰ ਲੈ ਕੇ ਆ ਉੱਥੇ ਇਹਨਾਂ ਕੋਲ ਇੱਕ ਧਾਗਾ ਜਿਸ ਦੇ ਨਾਲ ਜਿਹੜਾ ਕਿ ਇਹਨਾਂ ਨੇ ਇਹ ਕਿਹਾ ਕਿ 24 ਘੰਟੇ ਦੇ ਵਿੱਚ ਪੁਰਾਣੀ ਤੋਂ ਪੁਰਾਣੀ ਜਿੰਨਾ ਮਰਜ਼ੀ ਪੁਰਾਣਾ ਸਰਵਾਈਕਲ ਹੋਵੇ ਉਹ ਠੀਕ ਹੋ ਸਕਦਾ ਤਾਂ ਉੱਥੇ ਮੈਂ ਚਾਹੁੰਗੀ ਤੁਸੀਂ ਐਡਰੈਸ ਜ਼ਰੂਰ ਦੱਸੋ ਕਿ ਕੋਈ ਵੀ ਪ੍ਰੋਬਲਮ ਹੋ ਇੱਥੇ ਆ ਸਕਦੇ ਆ ਤੁਹਾਡੇ ਕੋਲ ਸਾਡਾ ਜੀ ਨਜ਼ਦੀਕ ਚੋੜਾ ਬਜ਼ਾਰ ਸਰਾਫਾ ਬਜ਼ਾਰ ਦੇ ਅੰਦਰ ਸਾਡੀ ਸ਼ਾਪ ਹੈ ਜੀ ਹਕੀਮ ਨਾਰਾਇਣ ਦਾਸ ਲੱਭੂ ਰਾਮ ਜੈਨ ਸਰਾਫਾ ਬਜ਼ਾਰ ਦੇ ਅੰਦਰ ਸੋਨੇ ਚਾਂਦੀ ਦਾ ਜਿਹੜਾ ਬਾਜ਼ਾਰ ਹੈ ਜੀ ਬਿਲਕੁਲ ਚੋੜਾ ਬਜ਼ਾਰ ਦੇ ਨਾਲ ਹੀ ਹੈ ਉਹਦੇ ਅੰਦਰ ਹਕੀਮ ਨਾਰਾਇਣ ਦਾਸ ਲੱਭੂ ਰਾਮ ਜੈਨ ਮੈਂ ਆਪਣਾ ਮੋਬਾਈਲ ਨੰਬਰ ਵੀ ਤੁਹਾਨੂੰ ਨਾਲ ਸ਼ੇਅਰ ਕਰਦਾ ਜੀ 9417050496 9417050496 ਤੁਹਾਨੂੰ ਅਸੀਂ ਚਾਹਾਂਗੇ ਲੋਕੇ ਜ਼ਰੂਰ ਆਣ ਇੱਕ ਵਾਰ ਕਿਉਂਕਿ ਫੋਨ ਤਾਂ ਸੀ ਤੁਸੀਂ ਦਿਖਾਈ ਆ ਕਾਫੀ ਜ਼ਿਆਦਾ ਕਾਲਸ ਆ ਗਈਆਂ ਪਰ ਇੱਥੇ ਜ਼ਰੂਰ ਆਓ ਜਿਸ ਤਰ੍ਹਾਂ ਐਡਰੈਸ ਦੱਸਿਆ ਕੋਈ ਵੀ ਬਿਮਾਰੀ ਆ ਰਾਮ ਨਾਲ ਦੱਸ ਸਕਦੇ ਹੋਰ ਵੀ ਦੇ ਅਪਡੇਟ ਸੀ ਤੁਸੀਂ ਦੇਖਦੇ ਹੋ ਡੈਂਟੈਂਸ ਕਹਿੰਦਾ ਮੈਂ ਦੀਪਕ ਖੇਵਾ ਨਾਲ ਮੈਂ ਹਰਸ਼ਕੋਰ